CEN News, देश प्रदेश की ताजा तरीन खबरों के लिए CEN News को सब्सक्राइब करें और रहें पल पल की खबर से हर पल बाखबर। नमस्कार, मैं हूं राज पांडे, आप देख रहे हैं CEN News। आइए देखते हैं आज की खास खबर। पिछले दिनी अमृतसर के मजीठा में पूर्व अकाली दल के सरपंच बाबा गुरदीप सिंह के भोग में आज अकाली दल के प्रधान सुखबीर बादल पहुंचे और जमकर पंजाब सरकार और पंजाब पुलिस पर शब्द हमले किए। इस मौके पर सुखबीर बादल ने परिवार को सांत्वना दी और कहा कि पंजाब सरकार गैंगस्टर्स की देखरेख में लगी है और उसे बचाने की कोशिश कर रही है। सुखी रंधावा के गैंगस्टर खास हैं, इसलिए कोई कार्रवाई नहीं हो रही। आज 10 दिन हो गए मजीठा में सरपंच के कत्ल को और उसमें एक युवक अभी तक पकड़ा गया है और बाकी पुलिस की पकड़ से दूर हैं। ਕਾਤਾ ਢਿੱਲ ਵਾਲੇ ਕੇਸ 'ਚ ਜੀ ਕੋਈ ਫੜੇ ਆਪ ਉਹ ਪੇਸ਼ ਹੋਏ, ਪੁਲਿਸ ਨੇ ਨਹੀਂ ਫੜੇ ਕਿਉਂਕਿ ਉਹ ਮਿਨਿਸਟਰ ਉਹਨਾਂ ਦੀ ਪੁਸ਼ਤ ਪਨਾਈ 'ਚ ਬੈਠਿਆ। ਅੱਜ ਵੀ ਤੁਸੀਂ ਵੇਖ ਲਓ 10 ਦਿਨ ਜਿਹੜੀ ਪੁਲਿਸ ਕੋਈ ਰਿਜ਼ਲਟ ਨਹੀਂ ਦੇ ਪਾ ਰਹੀ। ਉਸ ਪੁਲਿਸ ਨੇ ਹਾਲੇ ਤੱਕ ਉਹ ਐਸਆਈ ਨੂੰ ਪੁੱਛਿਆ ਨਹੀਂ। ਉਹ 15 ਸਾਲ ਦਾ ਨਿਆਣਾ ਕੇਸ ਜੋਗਾ, ਉਹ ਵੈਪਨ ਸਕੂਲ ਲੈ ਕੇ ਜਾਂਦਾ ਸੀ, ਉਸ ਵੈਪਨ ਦਾ ਕੀ ਜਾਂਚ ਹੋਈ ਹੈ, ਕਿੱਥੇ ਪੁੱਛਿਆ ਜਾ ਕੇ ਕੀ ਕਿੱਥੋਂ ਵੈਪਨ ਆਇਆ ਉਹਦੇ ਕੋਲ। ਉਸ ਏਐਸਆਈ ਜਿਹੜਾ ਪਹਿਲਾਂ ਵੀ ਇੱਥੇ ਵਾਰਦਾਤ ਹੋਈ ਸੀ, ਐਡੀ ਵੱਡੀ ਮੁਕਾਬਲਾ ਹੋਇਆ ਸੀ, ਪੁਲਿਸ 'ਤੇ ਅਟੈਕ ਹੋਇਆ, ਉਸ ਏਐਸਆਈ ਦੀ ਉਦੋਂ ਵੀ ਕਹਿੰਦੇ ਗੱਡੀ ਵਰਤੀ ਗਈ ਆ, ਉਸ ਨੂੰ ਕਿਉਂ ਕਵਰ ਅਪ ਕੀਤਾ ਜਾ ਰਿਹਾ। ਐਸਐਸਪੀ ਡੀਜੀਪੀ ਹਰ ਲੈਵਲ 'ਤੇ ਡੈਮੋਕ੍ਰੇਸੀ 'ਚ ਜਿਹੜੇ ਸਾਡੇ ਕੋਲ ਹਥਿਆਰ ਨੇ ਸਾਰੇ ਵਰਤਾਂਗੇ, ਫਿਰ ਹਾਈ ਕੋਰਟ ਸੁਪਰੀਮ ਕੋਰਟ ਦੀ ਜਾਣ ਦੀ ਲੋੜ ਨਹੀਂ। ਭਾਈ ਸਾਹਿਬ, ਤੁਹਾਡੇ ਸਾਰਿਆਂ ਦੇ ਥਰੂ ਤੇ ਸਾਰੇ ਵਰਕਰ ਤਕੜੇ ਹੋ ਕੇ ਲੜਾਈ ਲੜਨਗੇ। ਇਹ ਕਾਂਗਰਸ ਦੇ ਇਸ ਗੁੰਡਾਗਰਦੀ ਵਾਲੇ ਚਿਹਰੇ ਨੂੰ ਬੇਨਕਾਬ ਕਰਾਂ। 15 ਸਾਲਾਂ 'ਚ ਮੇਰੇ ਹਲਕੇ 'ਚ ਇਹ ਜੀ ਗੱਲ ਨਹੀਂ ਕਦੇ ਵਾਪਰੀ। ਅਖੀਰਲਾ ਸਵਾਲ ਹੈ ਜੀ, ਕੈਪਟਨ ਸਾਹਿਬ ਨੇ ਫਿਰ ਯੂ ਟਰਨ ਲਿਆ, ਕਹਿੰਦੇ ਪੰਜਾਬ ਦੇ ਹਰ ਨੌਜਵਾਨ ਨੂੰ ਰੋਜ਼ਗਾਰ ਮਿਲਣ ਤੱਕ ਉਹ ਸਿਆਸਤ 'ਚ ਰਹਿਣਗੇ। ਚਲੋ ਅੱਜ ਇਹ ਗੱਲ ਨਹੀਂ ਮੈਂ ਬੋਲਦਾ।